ਮਨਪ੍ਰੀਤ ਦੀ ਉਮਰ 26 ਸਾਲ ਦੀ ਹੈ ਜੀ। ਇਹ ਜਨਮ ਤੋਂ ਬਾਅਦ 1 ਸਾਲ ਬਾਅਦ ਜੀ ਇਹਦਾ ਪ੍ਰਕਾਸ਼ ਬੰਦ ਹੋ ਗਿਆ ਸੀਗਾ ਜੀ, ਰੁਕ ਗਿਆ ਸੀਗਾ ਜੀ। ਮਨਪ੍ਰੀਤ ਦੀ ਹਾਈਟ ਹੈਗੀ ਹੈ ਜੀ 23 ਇੰਚ। ਮਨਪ੍ਰੀਤ ਦੀ ਜੋ ਬਿਮਾਰੀ ਹੈ ਜੀ, ਇਹ ਡਾਕਟਰਾਂ ਵਾਸਤੇ ਅੱਜ ਤੱਕ ਰਹੱਸਿਆ ਬਣੀ ਹੋਈ ਹੈ ਜੀ, ਇਹਦਾ ਕੋਈ ਹੱਲ ਨਹੀਂ ਲੱਭਿਆ ਜੀ ਕਿਸੇ ਨੂੰ। ਮਨਪ੍ਰੀਤ ਜਿਸ ਤਰ੍ਹਾਂ ਵੀ ਹੈ ਜੀ, ਰੱਬ ਨੇ ਬਣਾ ਕੇ ਭੇਜਿਆ ਸਾਡੇ ਵਾਸਤੇ ਇਹ ਇੱਕ, ਅਸੀਂ ਇਹਨੂੰ ਮੈਂ ਆਪਦਾ ਬੇਟਾ ਹੀ ਸਮਝਦਾ ਜੀ, ਦੂਜਿਆਂ ਵਾਂਗੂ ਪਿਆਰ ਕਰਦੇ ਹਾਂ ਦੂਜੇ ਬੱਚਿਆਂ ਵਾਂਗੂ। ਅੱਛਾ ਹਾਂ, ਅੱਛਾ ਇਹ ਤਾਂ ਅੱਛਾ ਉਹ ਬਿੱਲੀ ਹੈ। ਬਿੱਲੀ ਰੱਖੀ ਹੈ ਤੁਸੀਂ? ਕਿਆ ਬਿੱਲੀਆਂ ਰੱਖੀਆਂ ਤੁਸੀਂ? 2 ਅਤੇ ਹਾਂ ਘੋੜੀਆਂ ਕਿਆ ਰੱਖੀਆਂ? ਘੋੜੀਆਂ 2 ਘੋੜੀਆਂ। ਅਤੇ ਵਛੇਰੇ ਕਿੰਨੀਆਂ ਘੋੜੀਆਂ ਦੇ? 26-year-old Manpreet was born with a rare condition that stopped him growing before he could walk or talk. ਮੇਰਾ ਨਾਮ ਜਗਤਾਰ ਸਿੰਘ ਜੀ। ਮਨਪ੍ਰੀਤ ਦੇ ਪਿਤਾ ਜੀ ਆ ਜੀ, ਮੇਰਾ ਵੱਡਾ ਲੜਕਾ ਮਨਪ੍ਰੀਤ ਜੀ। ਮਨਪ੍ਰੀਤ ਦੀ ਉਮਰ 26 ਸਾਲ ਆ ਜੀ। ਸਾਨੂੰ ਇਹਦੇ ਜਨਮ ਤੋਂ ਸਾਲ ਕੁ ਬਾਅਦ ਪਤਾ ਲੱਗਿਆ ਵੀ ਇਹਦਾ ਵਿਕਾਸ ਰੁਕ ਗਿਆ ਜੀ। Manpreet's parents tried to source medical professionals to help, but doctors were unable to identify what was causing the growth defect. ਮਨਪ੍ਰੀਤ ਨੂੰ ਹੁਣ ਤੱਕ ਜੀ ਤਕਰੀਬਨ 100 ਤੋਂ ਵੱਧ ਡਾਕਟਰਾਂ ਨੂੰ ਦਿਖਾਈ, ਕਿਸੇ ਵੀ ਡਾਕਟਰ ਕੋਲ ਇਹਦਾ ਹੱਲ ਨਹੀਂ ਹੋਇਆ ਜੀ ਅਜੇ ਤੱਕ। ਨਹੀਂ ਜੀ, ਮਨਪ੍ਰੀਤ 'ਤੇ ਅੱਜ ਤੱਕ ਕਿਸੇ ਦਵਾਈ ਨੇ ਕੋਈ ਅਸਰ ਨਹੀਂ ਕੀਤਾ ਜੀ। ਮਨਪ੍ਰੀਤ ਦੀ ਜੋ ਬਿਮਾਰੀ ਹੈ ਜੀ, ਇਹ ਡਾਕਟਰਾਂ ਵਾਸਤੇ ਅੱਜ ਤੱਕ ਰਹੱਸਿਆ ਬਣੀ ਹੋਈ ਹੈ ਜੀ, ਇਹਦਾ ਕੋਈ ਹੱਲ ਨਹੀਂ ਲੱਭਿਆ ਜੀ ਕਿਸੇ ਨੂੰ। ਹੁਣ ਮਨਪ੍ਰੀਤ ਦੀ ਉਮਰ ਹੋ ਗਈ ਜੀ ਪੂਰੀ 26 ਸਾਲ। ਮਨਪ੍ਰੀਤ ਦੀ ਹਾਈਟ ਹੈਗੀ ਹੈ ਜੀ 23 ਇੰਚ। Despite Manpreet's condition, his parents vowed to allow him to live a normal life as much as possible. ਮਨਪ੍ਰੀਤ ਨੂੰ ਇਹ ਬੱਚਿਆਂ ਵਾਲੇ ਲਗਾਵ ਨੇ ਜੀ, ਜਿਵੇਂ ਸ਼ੌਂਕ ਨੇ ਇਹਦੇ ਜੀ, ਬਹੁਤ ਸ਼ੌਂਕ ਨੇ ਘੋੜੇ ਘੋੜੀਆਂ ਨਾਲ ਖੇਡਣਾ ਜੀ, ਬੱਚਿਆਂ ਨਾਲ ਜ਼ਿਆਦਾ ਖੇਡਦਾ ਜੀ ਬੱਚਿਆਂ ਵਾਲੀਆਂ ਖੇਡਾਂ। ਮਨਪ੍ਰੀਤ ਬਿਹਾਰ ਤਾਂ ਇਹਦਾ ਬੱਚਿਆਂ ਵਾਲੇ ਹੀ ਆ ਜੀ, ਪਰ ਆਪਣੇ ਭੈਣ ਅਤੇ ਭਰਾ ਨਾਲ ਇਹ ਇਹਨਾਂ ਤੋਂ ਵੱਧ ਪਿਆਰ ਕਰਦਾ ਜੀ। ਮਨਪ੍ਰੀਤ ਰੋਟੀ ਖਾ ਲੈਂਦਾ ਜੀ, ਚਾਹ ਪੀ ਲੈਂਦਾ ਜੀ, ਅਤੇ ਲੈਟਰਿੰਗ ਬਾਥਰੂਮ ਦੱਸ ਦਿੰਦਾ ਜੀ, ਅਤੇ ਬਾਕੀ ਸਿਰੇ ਜੀ ਇਹ ਵੀ ਸਮਝ ਲਓ ਵੱਡਿਆਂ ਵਾਲੇ ਬੰਦਿਆਂ ਵਾਲੇ ਕੰਮ ਕਰਦਾ ਜੀ, ਜ਼ਿਆਦਾ ਵੀ ਵੱਡੇ ਬੰਦੇ ਕੋਈ ਆ ਜਾਣ ਉਹਨਾਂ ਨਾਲ ਪੂਰਾ ਉਹ ਕਰਦਾ, ਚਾਹ ਪਾਣੀ ਪੁੱਛਦਾ ਜੀ ਆਏ ਗਿਆ ਨੂੰ, ਰੋਟੀ ਪਾਣੀ ਦਾ ਵੀ ਪੁੱਛਦਾ ਜੀ, ਹੱਥ ਮਿਲਾਉਂਦਾ ਜੀ, ਆਸ਼ੀਰਵਾਦ ਵੀ ਦਿੰਦਾ ਜੀ। ਹੁਣ ਪਿੰਡ ਦੇ ਲੋਕ ਅੱਧੇ ਤਾਂ ਰੱਬ ਦਾ ਰੂਪ ਹੀ ਸਮਝਦੇ ਜੀ, ਮਨਪ੍ਰੀਤ ਨੂੰ ਸਾਰੇ ਬਾਬਾ ਬਾਬਾ ਕਹਿ ਕੇ ਬੁਲਾਉਂਦੇ ਆ ਜੀ। ਵਿੱਚ ਲੋਕ ਇਹੋ ਜਿਹੇ ਜੀ ਕੋਈ ਵੀ 100 ਭਾਂਤੀ ਦੁਨੀਆਂ ਜੀ, ਕਿਹੜਾ ਕਿਸੇ ਦਾ ਮੂੰਹ ਫੜਨਾ, ਕੋਈ ਕਹਿੰਦਾ ਜੀ ਇਹ ਬੌਣਾ ਹੈ, ਕੋਈ ਕੁਛ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ, ਪਰ ਅਸੀਂ ਤਾਂ ਇਹਨੂੰ ਪਰਮਾਤਮਾ ਦਾ ਰੂਪ ਹੀ ਸਮਝਦੇ ਹਾਂ ਜੀ। ਮਨਪ੍ਰੀਤ ਜਿਸ ਤਰ੍ਹਾਂ ਵੀ ਹੈ ਜੀ, ਰੱਬ ਨੇ ਬਣਾ ਕੇ ਭੇਜਿਆ ਸਾਡੇ ਵਾਸਤੇ ਇਹ ਇੱਕ, ਅਸੀਂ ਇਹਨੂੰ ਮੈਂ ਆਪਦਾ ਬੇਟਾ ਹੀ ਸਮਝਦਾ ਜੀ, ਦੂਜਿਆਂ ਵਾਂਗੂ ਪਿਆਰ ਕਰਦੇ ਹਾਂ ਦੂਜੇ ਬੱਚਿਆਂ ਵਾਂਗੂ।